ਲੋਕ ਸਭ ਤੋਂ ਵੱਧ ਵਿਹਲੇ ਨੇ ਅੱਜ ਦੇ ਟਾਈਮ 'ਚ, ਪਰ ਉਹ ਵਿਹਲੇ ਹੋ ਕੇ ਵੀ ਇੰਨੇ ਜ਼ਿਆਦਾ ਬਿਜ਼ੀ ਨੇ, ਉਹਨਾਂ ਕੋਲ ਟਾਈਮ ਨਹੀਂ ਨਾ ਕਿਤਾਬਾਂ ਪੜ੍ਹਨ ਦਾ ਅਤੇ ਨਾ ਇਤਿਹਾਸ ਬਾਰੇ ਜਾਣਨ ਦਾ। ਜੇ ਕੋਈ ਯੂਟਿਊਬ 'ਤੇ ਵੀ ਵੀਡੀਓ ਬਣਦੀ ਹੈ ਨਾ, ਜੇ 40 ਮਿੰਟ ਦੀ ਗੱਲ ਹੈ ਨਾ, ਅਤੇ ਉਹ ਕੋਸ਼ਿਸ਼ ਕਰਨਗੇ ਵੀ ਅਸੀਂ ਇਹਨੂੰ 12 ਮਿੰਟ 'ਚ ਨਿਬੇੜ ਦਈਏ, ਕਿਉਂਕਿ ਲੋਕ ਦੇਖਣਾ ਪਸੰਦ ਨਹੀਂ ਕਰਦੇ 40 ਮਿੰਟ। ਪਰ ਕੰਮ ਕੋਈ ਹੈ ਨਹੀਂ, ਵਿਹਲੇ ਹੀ ਹਾਂ ਕੋਈ ਐਡਾ। ਜੇ ਕੰਮ ਇੱਥੇ ਕੰਮ ਕਰ ਕਰਦੇ ਤਾਂ ਦੁਨੀਆ ਇਹ ਕਿਉਂ ਕਹਿੰਦੀ ਵੀ ਉਰੇ ਪੰਜਾਬ 'ਚ ਕੰਮ ਹੀ ਨਹੀਂ, ਸਾਰੇ ਦਾ ਸਾਰਾ ਪੰਜਾਬ ਬਾਹਰ ਚਲੇ ਗਿਆ। ਕਈ ਵਾਰੀ ਜਿਸ ਫਿਲਮ ਜਿਹੜੀ ਫਿਲਮ ਦੀ ਚਲੋ ਕਹਾਣੀ, ਅਸੀਂ ਉਹ ਫਿਲਮ ਦੀ ਕਹਾਣੀ ਅਸੀਂ ਪੜ੍ਹਦੇ ਹਾਂ ਤਾਂ 7-8 ਮਿੰਟ, ਜਾਂ ਅਸੀਂ ਯੂਟਿਊਬ ਵਗੈਰਾ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਯੂਜ਼ ਕਰਦੇ ਹਾਂ, ਪਰ ਜਿਹੜੀ 2-2.5 ਘੰਟੇ ਦੀ ਮੂਵੀ ਤੁਸੀਂ ਜਿਹੜੀ ਅੱਜ ਦਰਸ਼ਕਾਂ ਲਈ ਜਿਹੜੀ ਤਿਆਰ ਹੋਈ ਹੈ, ਤਾਂ ਇਹ ਫਿਲਮ ਨੌਜਵਾਨਾਂ ਨੂੰ ਇੱਕ ਸਭ ਤੋਂ ਵੱਡਾ ਸੰਦੇਸ਼, ਜਿਵੇਂ ਅੱਜ ਅਸੀਂ ਕੁੜੀਆਂ ਨੂੰ ਧੀਆਂ ਨਾਲ ਅੱਜ ਸਾਡਾ ਨਾਮ ਬਹੁਤ ਚਮਕਾਇਆ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਸਾਡੇ ਧੋਣ 'ਚ ਕਿੱਲਾ ਹੈਗਾ ਕਿ ਮੁੰਡੇ ਬਹੁਤ ਜ਼ਰੂਰੀ ਹੈਗੇ। ਵੀਰੇ ਪਹਿਲੀ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 7-8 ਮਿੰਟ ਦੀ ਕਹਾਣੀ ਔਰ 2 ਘੰਟੇ ਦੀ ਫਿਲਮ, ਜਿਹੜਾ ਅੱਜ ਦਾ ਟਾਈਮ ਹੈ ਨਾ, ਲੋਕ ਸਭ ਤੋਂ ਵੱਧ ਵਿਹਲੇ ਨੇ ਅੱਜ ਦੇ ਟਾਈਮ 'ਚ, ਪਰ ਉਹ ਵਿਹਲੇ ਹੋ ਕੇ ਵੀ ਇੰਨੇ ਜ਼ਿਆਦਾ ਬਿਜ਼ੀ ਨੇ, ਉਹਨਾਂ ਕੋਲ ਟਾਈਮ ਨਹੀਂ ਨਾ ਕਿਤਾਬਾਂ ਪੜ੍ਹਨ ਦਾ ਅਤੇ ਨਾ ਇਤਿਹਾਸ ਬਾਰੇ ਜਾਣਨ ਦਾ ਕਿ ਸਾਡਾ ਇਤਿਹਾਸ ਕੀ ਹੈ, ਸਾਡਾ ਪਿਛੋਕੜ ਕੀ ਹੈ। ਅੱਜ ਜੇ ਕੋਈ ਯੂਟਿਊਬ 'ਤੇ ਵੀ ਵੀਡੀਓ ਬਣਦੀ ਹੈ ਨਾ, ਜੇ 40 ਮਿੰਟ ਦੀ ਗੱਲ ਹੈ ਨਾ, ਅਤੇ ਉਹ ਕੋਸ਼ਿਸ਼ ਕਰਨਗੇ ਵੀ ਅਸੀਂ ਇਹਨੂੰ 12 ਮਿੰਟ 'ਚ ਨਿਬੇੜ ਦਈਏ, ਕਿਉਂਕਿ ਲੋਕ ਦੇਖਣਾ ਪਸੰਦ ਨਹੀਂ ਕਰਦੇ 40 ਮਿੰਟ। ਇੱਦਾਂ ਹੀ ਅੱਜ ਲੋਕਾਂ ਦੀ ਜ਼ਿੰਦਗੀ ਇੰਨੀ ਫਾਸਟ ਹੋ ਗਈ, ਇੰਨੀ ਜ਼ਿਆਦਾ ਸਪੀਡ ਹੈ, ਔਰ ਕੰਮ ਕੋਈ ਹੈ ਨਹੀਂ, ਵਿਹਲੇ ਹੀ ਹਾਂ ਕੋਈ ਐਡਾ। ਜੇ ਕੰਮ ਇੱਥੇ ਕੰਮ ਕਰ ਕਰਦੇ ਤਾਂ ਦੁਨੀਆ ਇਹ ਕਿਉਂ ਕਹਿੰਦੀ ਵੀ ਉਰੇ ਪੰਜਾਬ 'ਚ ਕੰਮ ਹੀ ਨਹੀਂ, ਸਾਰੇ ਦਾ ਸਾਰਾ ਪੰਜਾਬ ਬਾਹਰ ਚਲੇ ਗਿਆ, ਅਗਲਾ ਕਹਿੰਦਾ ਉਰੇ ਤਾਂ ਹੈ ਨਹੀਂ ਕੁਛ। ਇੱਥੇ ਜਦੋਂ ਹੈ ਨਹੀਂ ਕੁਛ ਤਾਂ ਫਿਰ ਮੁੜ ਕੇ ਲੋਕ ਵਿਹਲੇ ਹੀ ਹੋਏ ਨਾ, ਪਰ ਤਾਂ ਵੀ ਉਹਨਾਂ ਕੋਲ ਇੰਨਾ ਟਾਈਮ ਨਹੀਂ ਕਿ ਉਹ ਆਪਣੇ ਇਤਿਹਾਸ ਬਾਰੇ, ਕਿਉਂਕਿ ਲੋਕ ਸਭ ਤੋਂ ਵੱਧ ਵਿਹਲੇ ਨੇ ਅੱਜ ਦੇ ਟਾਈਮ 'ਚ, ਪਰ ਉਹ ਵਿਹਲੇ ਹੋ ਕੇ ਵੀ ਇੰਨੇ ਜ਼ਿਆਦਾ ਬਿਜ਼ੀ ਨੇ, ਉਹਨਾਂ ਕੋਲ ਟਾਈਮ ਨਹੀਂ ਨਾ ਕਿਤਾਬਾਂ ਪੜ੍ਹਨ ਦਾ ਅਤੇ ਨਾ ਇਤਿਹਾਸ ਬਾਰੇ ਜਾਣਨ ਦਾ। ਜੇ ਕੋਈ ਯੂਟਿਊਬ 'ਤੇ ਵੀ ਵੀਡੀਓ ਬਣਦੀ ਹੈ ਨਾ, ਜੇ 40 ਮਿੰਟ ਦੀ ਗੱਲ ਹੈ ਨਾ, ਅਤੇ ਉਹ ਕੋਸ਼ਿਸ਼ ਕਰਨਗੇ ਵੀ ਅਸੀਂ ਇਹਨੂੰ 12 ਮਿੰਟ 'ਚ ਨਿਬੇੜ ਦਈਏ, ਕਿਉਂਕਿ ਲੋਕ ਦੇਖਣਾ ਪਸੰਦ ਨਹੀਂ ਕਰਦੇ 40 ਮਿੰਟ। ਪਰ ਕੰਮ ਕੋਈ ਹੈ ਨਹੀਂ, ਵਿਹਲੇ ਹੀ ਹਾਂ ਕੋਈ ਐਡਾ। ਜੇ ਕੰਮ ਇੱਥੇ ਕੰਮ ਕਰ ਕਰਦੇ ਤਾਂ ਦੁਨੀਆ ਇਹ ਕਿਉਂ ਕਹਿੰਦੀ ਵੀ ਉਰੇ ਪੰਜਾਬ 'ਚ ਕੰਮ ਹੀ ਨਹੀਂ, ਸਾਰੇ ਦਾ ਸਾਰਾ ਪੰਜਾਬ ਬਾਹਰ ਚਲੇ ਗਿਆ। ਜਿਸ ਫਿਲਮ ਜਿਹੜੀ ਫਿਲਮ ਦੀ ਚਲੋ ਕਹਾਣੀ, ਅਸੀਂ ਉਹ ਫਿਲਮ ਦੀ ਕਹਾਣੀ ਅਸੀਂ ਪੜ੍ਹਦੇ ਹਾਂ ਤਾਂ 7-8 ਮਿੰਟ, ਜਾਂ ਅਸੀਂ ਯੂਟਿਊਬ ਵਗੈਰਾ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਯੂਜ਼ ਕਰਦੇ ਹਾਂ, ਪਰ ਜਿਹੜੀ 2-2.5 ਘੰਟੇ ਦੀ ਮੂਵੀ ਤੁਸੀਂ ਜਿਹੜੀ ਅੱਜ ਦਰਸ਼ਕਾਂ ਲਈ ਜਿਹੜੀ ਤਿਆਰ ਹੋਈ ਹੈ, ਤਾਂ ਇਹ ਫਿਲਮ ਨੌਜਵਾਨਾਂ ਨੂੰ ਇੱਕ ਸਭ ਤੋਂ ਵੱਡਾ ਸੰਦੇਸ਼, ਜਿਵੇਂ ਅੱਜ ਅਸੀਂ ਕੁੜੀਆਂ ਨੂੰ ਧੀਆਂ ਨਾਲ ਅੱਜ ਸਾਡਾ ਨਾਮ ਬਹੁਤ ਚਮਕਾਇਆ, ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਇੱਕ ਵੱਡਾ ਜਿਹੜਾ ਸਾਡੇ ਧੋਣ 'ਚ ਕਿੱਲਾ ਹੈਗਾ ਕਿ ਮੁੰਡੇ ਬਹੁਤ ਜ਼ਰੂਰੀ ਹੈਗੇ। ਵੀਰੇ ਪਹਿਲੀ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ 7-8 ਮਿੰਟ ਦੀ ਕਹਾਣੀ ਔਰ 2 ਘੰਟੇ ਦੀ ਫਿਲਮ, ਜਿਹੜਾ ਅੱਜ ਦਾ ਟਾਈਮ ਹੈ ਨਾ, ਲੋਕ ਸਭ ਤੋਂ ਵੱਧ ਵਿਹਲੇ ਨੇ ਅੱਜ ਦੇ ਟਾਈਮ 'ਚ, ਪਰ ਉਹ ਵਿਹਲੇ ਹੋ ਕੇ ਵੀ ਇੰਨੇ ਜ਼ਿਆਦਾ ਬਿਜ਼ੀ ਨੇ, ਉਹਨਾਂ ਕੋਲ ਟਾਈਮ ਨਹੀਂ ਨਾ ਕਿਤਾਬਾਂ ਪੜ੍ਹਨ ਦਾ ਅਤੇ ਨਾ ਇਤਿਹਾਸ ਬਾਰੇ ਜਾਣਨ ਦਾ ਕਿ ਸਾਡਾ ਇਤਿਹਾਸ ਕੀ ਹੈ, ਸਾਡਾ ਪਿਛੋਕੜ ਕੀ ਹੈ। ਅੱਜ ਜੇ ਕੋਈ ਯੂਟਿਊਬ 'ਤੇ ਵੀ ਵੀਡੀਓ ਬਣਦੀ ਹੈ ਨਾ, ਜੇ 40 ਮਿੰਟ ਦੀ ਗੱਲ ਹੈ ਨਾ, ਅਤੇ ਉਹ ਕੋਸ਼ਿਸ਼ ਕਰਨਗੇ ਵੀ ਅਸੀਂ ਇਹਨੂੰ 12 ਮਿੰਟ 'ਚ ਨਿਬੇੜ ਦਈਏ, ਕਿਉਂਕਿ ਲੋਕ ਦੇਖਣਾ ਪਸੰਦ ਨਹੀਂ ਕਰਦੇ 40 ਮਿੰਟ। ਇੱਦਾਂ ਹੀ ਅੱਜ ਲੋਕਾਂ ਦੀ ਜ਼ਿੰਦਗੀ ਇੰਨੀ ਫਾਸਟ ਹੋ ਗਈ, ਇੰਨੀ ਜ਼ਿਆਦਾ ਸਪੀਡ ਹੈ, ਔਰ ਕੰਮ ਕੋਈ ਹੈ ਨਹੀਂ, ਵਿਹਲੇ ਹੀ ਹਾਂ ਕੋਈ ਐਡਾ। ਜੇ ਕੰਮ ਇੱਥੇ ਕੰਮ ਕਰ ਕਰਦੇ ਤਾਂ ਦੁਨੀਆ ਇਹ ਕਿਉਂ ਕਹਿੰਦੀ ਵੀ ਉਰੇ ਪੰਜਾਬ 'ਚ ਕੰਮ ਹੀ ਨਹੀਂ, ਸਾਰੇ ਦਾ ਸਾਰਾ ਪੰਜਾਬ ਬਾਹਰ ਚਲੇ ਗਿਆ, ਅਗਲਾ ਕਹਿੰਦਾ ਉਰੇ ਤਾਂ ਹੈ ਨਹੀਂ ਕੁਛ। ਇੱਥੇ ਜਦੋਂ ਹੈ ਨਹੀਂ ਕੁਛ ਤਾਂ ਫਿਰ ਮੁੜ ਕੇ ਲੋਕ ਵਿਹਲੇ ਹੀ ਹੋਏ ਨਾ, ਪਰ ਤਾਂ ਵੀ ਉਹਨਾਂ ਕੋਲ ਇੰਨਾ ਟਾਈਮ ਨਹੀਂ ਕਿ ਉਹ ਆਪਣੇ ਇਤਿਹਾਸ ਬਾਰੇ, ਕਿਉਂਕਿ ਲੋਕ